A South Asian Canadian channel. ਪੰਜਾਬ ਵਿੱਚ ਲੰਗੀਆਂ ਵਿਧਾਨ ਸਭਾ ਚੋਣਾਂ ਦੌਰਾਨ ਉੱਗੇ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੋਟ ਪ੍ਰਤੀਸ਼ਤ ਪਹਿਲਾਂ ਨਾਲੋਂ ਵੱਡੇ ਪੱਧਰ ਤੇ ਵਧੀ ਹੈ। ਖਾਸ ਕਰਕੇ ਦੋ ਵਿਧਾਨ ਸਭਾ ਸੀਟਾਂ ਅਮਰਗੜ੍ਹ ਅਤੇ ਬਰਨਾਲਾ ਜ਼ਿਲ੍ਹੇ ਦੇ ਮਹਿਲਕਲਾਂ ਹਲਕੇ ਵਿੱਚ ਇਹ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਅਤੇ ਜ਼ਮਾਨਤ ਜ਼ਬਤ ਤੋਂ ਬਚਾ ਰਿਹਾ। ਇਸ ਵੋਟ ਪ੍ਰਤੀਸ਼ਤ ਦੇ ਵਧਣ ਨਾਲ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਨੇ, ਜਿਸ ਕਰਕੇ ਹੁਣ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਪਹਿਲਾਂ ਹੀ ਵਿੜ ਦਿੱਤੀਆਂ ਗਈਆਂ ਨੇ। ਇਸ ਲਈ ਬਰਨਾਲਾ ਦੇ ਹਲਕਾ ਮਹਿਲਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਐੜਾ ਦੀ ਮੀਟਿੰਗ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਨਿੱਜੀ ਸਕੱਤਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਹੈ, ਜਿਸ ਵਿੱਚ ਗੁਰਜੰਟ ਕੱਟੂ ਨੇ ਸਿਮਰਜੀਤ ਸਿੰਘ ਮਾਨ ਦੇ ਸੰਗਰੂਰ ਹਲਕੇ ਤੋਂ ਚੋਣ ਲੜਨ ਬਾਰੇ ਸਪੱਸ਼ਟ ਕੀਤਾ। ਅੱਜ ਜਿਹੜੀ ਸਾਡੀ ਇਸ ਹਲਕੇ ਦੀ ਮੀਟਿੰਗ ਸੀ, ਮਹਿਲਕਲਾਂ ਹਲਕੇ ਦੀ, ਇੱਥੇ ਰੱਖੀ ਗਈ। ਉਹ ਅਸੀਂ ਚਿੰਤਨ ਕੀਤਾ ਜਿਹੜਾ ਪਿਛਲੀਆਂ ਚੋਣਾਂ ਹੋਈਆਂ ਨੇ ਉਹ ਰਿਜ਼ਲਟ ਤੋਂ ਬਾਅਦ ਇਹ ਅਸੀਂ ਦੂਜੀ ਮੀਟਿੰਗ ਅੱਜ ਇੱਥੇ ਕੀਤੀ ਹੈ, ਕਿਉਂਕਿ ਪਾਰਲੀਮੈਂਟ ਚੋਣ ਹੈ ਜਿਹੜੀ ਉਹ ਸੰਗਰੂਰ ਦੀ ਉਹ ਜਲਦੀ ਆਉਣ ਵਾਲੀ ਹੈ, ਉਹਦੀ ਵੀ ਅਸੀਂ ਅੱਜ ਇੱਥੇ ਬੈਠ ਕੇ ਵਿਚਾਰਾਂ ਕੀਤੀਆਂ ਨੇ, ਉਹਦੀ ਵੀ ਤਿਆਰੀ ਕਰਨ 'ਚ ਜੁੱਟ ਗਏ ਹਾਂ। ਜਿਹੜੀ ਅਸੈਂਬਲੀ ਚੋਣ ਪਹਿਲਾਂ ਹੋ ਕੇ ਹਟੀ ਹੈ ਉਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਇਸ ਇਲਾਕੇ ਦੇ ਮਹਿਲਕਲਾਂ ਦੇ ਲੋਕਾਂ ਨੇ ਦਿੱਤਾ। ਬਹੁਤ ਵੱਡੀ ਵੋਟ ਮੈਨੂੰ ਵੱਡੀ ਤਾਦਾਦ ਦੇ ਵਿੱਚ ਵੋਟ ਪਾਈ, 24-25 ਹਜ਼ਾਰ ਵੋਟ ਕੋਈ ਘੱਟ ਵੋਟ ਨਹੀਂ ਹੁੰਦੀ। ਐਡਾ ਵੱਡਾ ਮਾਣ ਸਤਿਕਾਰ ਥੋੜ੍ਹੇ ਸਮੇਂ ਦੇ ਵਿੱਚ ਮਿਲ ਜਾਣਾ ਇਹ ਮੇਰੇ ਲਈ ਇੱਕ ਬਹੁਤ ਅਤੇ ਇਲਾਕੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਅਤੇ ਪਰ ਜਿੱਥੇ ਇਹ ਵੋਟਾਂ ਪਈਆਂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉੱਥੇ ਮੈਂ ਪਾਰਟੀ ਮਾਧਿਅਮ ਤੋਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਿਹੜੀ ਇਹ ਲੋਕਾਂ ਦਾ ਮੈਂਡੇਟ ਨਹੀਂ ਹੈਗਾ, ਇਹ ਜਿਹੜਾ ਲੋਕਾਂ ਦਾ ਸੀਗਾ ਕਿ ਲੋਕਾਂ ਨੇ ਵੋਟਾਂ ਪਾਈਆਂ ਨੇ, ਆਮ ਆਦਮੀ ਪਾਰਟੀ ਇੰਨੀ ਤਾਦਾਦ 'ਚ ਤਾਂ ਜਿੱਤ ਗਈ, ਇਹ ਨਹੀਂ ਹੋਇਆ। ਇਹ ਜਿਹੜਾ ਹੈਗਾ ਇੱਥੇ ਜਿਹੜੀ EVM ਮਸ਼ੀਨਾਂ ਦੇ ਰਾਹੀਂ ਘਪਲੇ ਕਰਕੇ ਇੱਕ ਪੰਜਾਬ ਦੀ ਜਿਹੜੀ ਇੱਜ਼ਤ ਹੋਂਦ ਅਣਖ ਹੈ ਉਹਨੂੰ ਖਰੀਦਿਆ ਗਿਆ। ਉਹ ਕਿਵੇਂ ਖਰੀਦਿਆ ਗਿਆ ਮੈਂ ਤੁਹਾਨੂੰ ਇਸ ਗੱਲ 'ਚ ਦੱਸਦਾ ਕਿ 3 ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ 100 ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ। ਤੁਸੀਂ ਆਮ ਸਿਆਣੇ ਹੋ, ਪੱਤਰਕਾਰ ਹੋ, ਅਤੇ ਮੈਨੂੰ ਐਂ ਦੱਸੋ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ 100 ਸੀਟਾਂ ਜਿੱਤਣਗੀਆਂ ਆਮ ਆਦਮੀ ਪਾਰਟੀ। ਜਿਹੜੇ ਕੈਂਡੀਡੇਟ ਦਾ ਪਿੰਡ 'ਚ ਬੂਥ ਨਹੀਂ ਲੱਗਿਆ ਉਹ ਕੈਂਡੀਡੇਟ ਨੂੰ 350 ਵੋਟ ਨਿਕਲ ਜੇ, ਅਤੇ ਮੈਨੂੰ ਜਿਹੜੇ ਪਿੰਡ 'ਚ ਮੇਰੇ ਬੂਥ 'ਤੇ 400 ਮੁੰਡਾ ਖੜ੍ਹਾ ਉੱਥੋਂ ਮੇਰੀਆਂ 90 ਵੋਟਾਂ ਰਹਿ ਜਾਣ, ਇਹ ਸਾਡੇ ਨਾਲ ਬਹੁਤ ਵੱਡੀ ਜਾਤੀ ਹੋਈ ਆ ਪੰਜਾਬ ਦੇ ਲੋਕਾਂ ਨਾਲ। ਸੈਂਟਰ ਨੇ, ਮੋਦੀ ਨੇ ਇਹ ਦੱਸਿਆ ਕਿ ਅਸੀਂ ਕਿਸ ਹੱਦ ਤੱਕ ਜਾ ਸਕਦੇ ਹਾਂ। ਬੇਸ਼ੱਕ ਉਹ ਬਾਦਲ ਹੋਣ, ਬੇਸ਼ੱਕ ਕੈਪਟਨ ਅਮਰਿੰਦਰ ਹੋਵੇ, ਬੇਸ਼ੱਕ ਸਿਮਰਨਜੀਤ ਮਾਨ ਹੋਵੇ, ਬੇਸ਼ੱਕ ਬੈਂਸ ਬ੍ਰਦਰਜ਼ ਹੋਣ, ਬੇਸ਼ੱਕ ਕੋਈ ਮਜੀਠੀਏ ਹੋਣ, ਬੇਸ਼ੱਕ ਸਿੱਧੂ ਹੋਵੇ, ਬੇਸ਼ੱਕ ਚੰਨੀ ਹੋਵੇ, ਸਾਰੀ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਮੋਦੀ ਨੇ ਦੱਸਿਆ ਕਿ ਅਸੀਂ ਕਿਸ ਹੱਦ ਤੱਕ ਜਾ ਸਕਦੇ ਹਾਂ ਤੁਹਾਡੀਆਂ ਵੋਟਾਂ ਲੈਣ ਲਈ। ਇਹ ਕਦੇ ਹੋਇਆ ਕਿ ਇੱਕ ਕੈਂਡੀਡੇਟ 72,000 ਦੀ ਲੀਡ ਨਾਲ ਜਿੱਤੇ? ਪਹਿਲਾਂ ਤਾਂ ਕਦੇ ਹੋਇਆ ਨਹੀਂ। ਫਿਰ ਮੈਨੂੰ ਇਹ ਦੱਸੋ, ਜਿਹੜੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਿਹੜੇ ਹੋਰ ਪਾਰਟੀਆਂ ਦੇ ਕੈਂਡੀਡੇਟ ਲੜਦੇ ਸੀ ਕਿ ਉਹ ਚੋਣਾਂ ਦੇ ਵਿੱਚ ਸੁੱਤੇ ਪੈ ਰਹੇ ਨੇ, ਲੋਕਾਂ ਕੋਲ ਗਏ ਨਹੀਂ, ਉਹਨਾਂ ਦੇ ਲੋਕਾਂ ਦੇ ਇਕੱਠ ਨਹੀਂ ਹੋਏ? ਇਕੱਲੇ ਆਮ ਆਦਮੀ ਪਾਰਟੀ ਨੂੰ 70-75 ਹਜ਼ਾਰ ਵੋਟ ਪੈ ਜਾਣੀ ਇੱਕ ਹਲਕੇ ਤੋਂ, ਇਹ ਤਾਂ ਕੋਈ ਉਦਾਂ ਹੀ ਅਜੀਬ ਲੱਗਦਾ। ਮੇਰੀ ਬੜੇ ਆ ਜਿਹੜੇ ਤੁਹਾਡੇ ਕੁਲਵੰਤ ਸਿੰਘ ਪੰਡੋਰੀ ਜਿੱਤੇ ਨੇ, ਇਹਨਾਂ ਦੀ ਹਾਲਤ ਕੀ ਸੀ ਤੁਹਾਨੂੰ ਪਤਾ, ਸਾਰਾ ਦਾ ਪਾਸਾ ਪਲਟ ਗਿਆ ਸੀ। ਉਮੀਦਾਂ ਦੇਖੋ ਸਤਿਕਾਰਯੋਗ ਵੀਰ, ਉਮੀਦਾਂ ਜਿਹੜੀਆਂ ਸਰਕਾਰ ਤੋਂ ਨੇ ਇਹ ਬਹੁਤ ਨੇ। ਕਿਉਂ? ਕਿਉਂਕਿ ਇਹਨਾਂ ਨੂੰ ਬਹੁਤ ਮਤ ਹੈ ਇਹਨਾਂ ਕੋਲ, ਇਹਨਾਂ ਨੂੰ ਕੋਈ ਆਪੋਜੀਸ਼ਨ ਦਾ ਨਹੀਂ ਕਿ ਉਹ ਰੌਲੇ ਰੱਪੇ 'ਚ ਕੋਈ ਗੱਲ ਜਿਹੜੀ ਆ ਉਹ ਰਹਿ ਜੂਗੀ। ਇਹਨਾਂ ਨੂੰ ਗੱਲਾਂ ਜਿਹੜੀਆਂ ਪੰਜਾਬ ਦੇ ਜਿਹੜੇ ਬੁਨਿਆਦੀ ਮਸਲੇ ਨੇ ਪਹਿਲ ਦੇ ਆਧਾਰ 'ਤੇ ਉਹ ਹੱਲ ਕਰਨੇ ਚਾਹੀਦੇ ਨੇ। ਕੱਲ੍ਹ ਜਿਵੇਂ ਪੰਥਕ ਮਸਲੇ ਨੇ, ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਮਸਲਾ, ਇਹਨੂੰ ਜਲਦੀ ਸੁਲਝਾਉਣ ਤਾਂ ਜੋ ਕਿ ਸਿੱਖਾਂ ਨੂੰ ਕੋਈ ਤਾਂ ਰਲੀਫ ਮਿਲੇ ਨਾ, ਸਿੱਖ ਕੌਮ ਨੂੰ ਕੋਈ ਤਾਂ ਅਹਿਸਾਸ ਹੋਵੇ ਕਿ ਸਾਡੇ ਜ਼ਖਮਾਂ 'ਤੇ ਕੋਈ ਮੱਲ ਮਿਲਾਉਣ ਵਾਲਾ ਉੱਠ ਖੜ੍ਹਾ ਹੋਇਆ। ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ, ਬੰਦੀ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਨੇ। ਸਾਡੇ ਲੋਕਾਂ 'ਤੇ, ਸਾਡੇ ਸਿੱਖਾਂ 'ਤੇ ਹਜ਼ਾਰਾਂ ਕੇਸ ਨੇ ਜਿਹੜੇ ਉਹ ਦਰਜ ਕੀਤੇ ਹੋਏ ਨੇ, ਜਿਹੜੇ ਮੁੱਕਣ 'ਚ ਹੀ ਨਹੀਂ ਆਉਂਦੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਜਿਵੇਂ ਪਾਣੀਆਂ ਦੇ ਮਸਲੇ ਨੇ ਇਹ ਹੱਲ ਕੀਤੇ ਜਾਣ। ਆਹ ਤਾਂ ਛੋਟੀਆਂ ਗੱਲਾਂ ਨੇ ਨਾ ਵੀ ਮੈਡੋ ਆਹ ਕਰ ਦਿਆਂਗੇ ਜੀ ਅਸੀਂ ਬਿੱਲ, ਇਹ ਤਾਂ ਕਿ ਇਹਨਾਂ ਦਾ ਫਰਜ਼ ਬਣਦਾ ਇਹਨਾਂ ਨੇ ਕਰਨਾ। ਪਰ ਜਿਹੜੇ ਬੁਨਿਆਦੀ ਮਸਲੇ ਨੇ, ਬੇਰੁਜ਼ਗਾਰੀ ਦੀ ਗੱਲ ਭਗਵੰਤ ਮਾਨ ਨੇ ਕੱਲ੍ਹ ਕੀਤੀ ਹੈ, 25,000 ਨਾਲ ਤਾਂ ਨਹੀਂ ਕੁਛ ਬਣਨਾ। 52 ਲੱਖ ਤੋਂ ਵੱਧ ਬੇਰੁਜ਼ਗਾਰੀ ਹੈ ਪੰਜਾਬ 'ਚ, ਜਿਨ੍ਹਾਂ ਦੇ ਹੱਥਾਂ 'ਚ ਡਿਗਰੀਆਂ ਨੇ। 25,000 ਕਹਿ ਕੇ ਕਿ ਅਸੀਂ ਬੇਰੁਜ਼ਗਾਰੀ ਨੂੰ ਖਤਮ ਕਰਨ ਲੱਗੇ ਹਾਂ, ਗੱਲ ਇੱਥੇ ਰੁਕਣ ਵਾਲੀ ਨਹੀਂ। ਇਹ ਜੰਗ ਬਹੁਤ ਵੱਡੀ ਹੈ, ਇਹਨਾਂ ਨੂੰ ਅਮਲੀ ਰੂਪ ਦੇ ਵਿੱਚ
लागू करना चाहिए है। नहीं हजे ऑफिशियली तौर पर सरदार मान साहब का कोई ऐलान वीरे इतों पार्लीमेंट चोन बारे नहीं होया। वो थोड़े दिनों च पार्टी की PAC की मीटिंग फतेहगढ़ साहब 24 तरीक नूं असीं बुलाई है, 23 तरीक नूं सॉरी फतेहगढ़ साहब उत्थे असीं फैसला करके तुहानूं दस देवांगे। हाँ साडे वल्लों पूरी तैयारी है, असीं चोण जरूर लड़ांगे। कोई भी कैंडीडेट लड़े, पार्टी प्रधान लड़न जां कोई होर साडा आगू लड़े, असीं इस हलके तों बहुमत जिहड़ा उह प्राप्त करांगे, इह सानूं विश्वास है। जिवें जिहड़ा विधानसभा चोणां दे विच वोट परसेंटेज वधिया, इक उम्मीद तां जागी हुई लोकां नूं जिहड़ा यूथ चेतन होया जी, बहुत ज़्यादा चेतन होया यूथ। ਬਾਈ ਦੀਪ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਨੌਜਵਾਨੀ ਹੈ ਉਹਨਾਂ ਦੇ ਵਿੱਚ ਅਣਖ ਅਤੇ ਗੈਰਤ ਦੀ ਭਾਵਨਾ ਜਾਗੀ ਹੈ। ਜਿਹੜੇ ਇੱਧਰ ਉੱਧਰ ਤੁਰੇ ਫਿਰ ਰਹੇ ਸੀ ਉਹ ਇੱਕ ਲਾਮਬੰਦ ਤਾਂ ਹੋਏ ਨੇ।